ਸਾਰੇ ਕਿਰਪਾ ਕੀਤੀ ਹੈ ਅਤੇ ਗੁਰੂ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਆਏ ਹਾਂ ਸਾਰੀ ਸੰਗਤ ਨੂੰ ਨਾਲ ਲੈ ਕੇ। ਸੋ ਆਪਣੇ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਰਕਰ ਸਾਹਿਬਾਨ ਫੈਮਿਲੀ ਮੈਂਬਰ ਸਾਰੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਕਿ ਪਰਮਾਤਮਾ ਤੁਸੀਂ ਬਹੁਤ ਵੱਡੀ ਕਿਰਪਾ ਕੀਤੀ ਹੈ ਅਤੇ ਮੈਂ ਪੂਰੀ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਾਂਗਾ। ਸੋ ਗੁਰੂ ਘਰ ਦੇ ਵਿੱਚ ਅਰਦਾਸ ਕੀਤੀ ਹੈ ਕਿ ਮਾਲਕਾ ਸਿਰ 'ਤੇ ਹੱਥ ਰੱਖੀ, ਤੁਹਾਡੀ ਹੀ ਦਇਆ ਨਾਲ ਇੱਥੇ ਪਹੁੰਚੇ ਹਾਂ ਅਤੇ ਅੱਗੇ ਵੀ ਤੁਸੀਂ ਦਇਆ ਕਰਨੀ ਹੈ ਅਤੇ ਮੈਂ ਪੰਜਾਬ ਦੀ ਸੇਵਾ ਪੂਰੀ ਇਮਾਨਦਾਰੀ ਨਾਲ ਕਰਦਾ। ਮੈਂ ਪੂਰੇ ਆਪਣੇ ਹਲਕਾ ਸਾਹਨੇਵਾਲ ਦੇ ਸਾਰੇ ਵਰਕਰ ਸਾਹਿਬਾਨਾਂ ਦਾ, ਪ੍ਰਧਾਨ ਸਾਹਿਬਾਨਾਂ ਦਾ, ਲੁਧਿਆਣੇ ਜ਼ਿਲ੍ਹੇ ਦੇ ਸਾਰੇ MLA ਸਾਹਿਬਾਨਾਂ ਦਾ, ਪੰਜਾਬ ਦੇ MLA ਸਾਹਿਬਾਨਾਂ ਦਾ, ਮੰਤਰੀ ਸਾਹਿਬਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਰਿਆਂ ਨੇ ਪਿਆਰ ਕੀਤਾ। ਪ੍ਰਸ਼ਾਸਨ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਪਿਆਰ ਕੀਤਾ ਅਤੇ ਆਪਾਂ ਹਲਕੇ ਦੀ ਸੇਵਾ ਵਧੀਆ ਇਮਾਨਦਾਰੀ ਨਾਲ ਨਿਭਾਈ ਅਤੇ ਆਉਣ ਵਾਲੇ ਟਾਈਮ 'ਤੇ ਵੀ ਪੰਜਾਬ 'ਚ ਵੀ ਸਾਰਿਆਂ ਨੂੰ ਨਾਲ ਲੈ ਕੇ, ਖਾਸ ਕਰਕੇ ਲੁਧਿਆਣੇ ਜ਼ਿਲ੍ਹੇ ਦੇ ਸਾਰੇ MLA ਸਾਹਿਬਾਨਾਂ ਨੂੰ, ਆਪਣੇ ਭਰਾਵਾਂ ਨੂੰ, ਭੈਣਾਂ ਨੂੰ ਨਾਲ ਲੈ ਕੇ, ਮੇਰੇ ਤੋਂ ਸਾਰੇ ਉਮਰ 'ਚ ਵੱਡੇ ਆ, ਸਾਰਿਆਂ ਨੂੰ ਨਾਲ ਲੈ ਕੇ ਇਕੱਠੇ ਹੀ ਆਪਾਂ ਪੰਜਾਬ ਦੀ ਲੁਧਿਆਣੇ ਦੀ ਸੇਵਾ ਕਰਾਂਗੇ। ਦੋਨੇ ਜ਼ਿਲ੍ਹੇ ਕੀ ਪੂਰੇ ਪੰਜਾਬ ਦੀ ਸੇਵਾ ਕਰਾਂਗੇ ਇਮਾਨਦਾਰੀ ਨਾਲ। ਬਹੁਤ ਜ਼ਿਆਦਾ ਖੁਸ਼ੀ ਹੈ ਜੀ, ਸਾਰੇ ਸਾਡੀ ਪੂਰੀ ਟੀਮ ਪੂਰਾ ਹਲਕਾ ਇੱਥੇ ਪਹੁੰਚਿਆ। ਜਦੋਂ ਪਤਾ ਲੱਗਾ ਵੀ ਮੰਤਰੀ ਸਾਹਿਬ ਨੇ 9 ਵਜੇ ਗੁਰਦੁਆਰਾ ਕਟਾਣਾ ਸਾਹਿਬ ਮੱਥਾ ਟੇਕਣਾ, ਤੁਸੀਂ ਦੇਖੇ ਉਤਸ਼ਾਹ ਸਾਰੇ ਲੋਕਾਂ 'ਚ, ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ। ਲੱਗਦਾ ਵੀ ਹੁਣ ਪੂਰਾ ਜਿਹੜਾ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਔਰ ਫਤਿਹਗੜ੍ਹ ਜ਼ਿਲ੍ਹੇ 'ਚ ਭਰੋਸਾ ਸਮਝਿਆ ਜਿਹੜਾ ਮੰਤਰੀ ਚੁਣਿਆ, ਇੱਕ ਭਰੋਸਾ ਪਾਰਟੀ ਨੇ ਸਮਝਿਆ, ਇਮਾਨਦਾਰੀ ਦੇਖੀ, ਤਾਂ ਹੀ ਉਹਨਾਂ ਨੇ ਐਡਾ ਵੱਡਾ ਸਾਨੂੰ ਜ਼ਿੰਮੇਵਾਰੀ ਦਿੱਤੀ ਜੇ ਨਿਭਾ ਸਕਦੇ ਉਹਨਾਂ ਨੇ। ਉਹ ਦੇਖ ਕੇ ਕਿ ਪਰਮਾਤਮਾ ਦੇ ਔਟ ਆਸਰੇ ਨਾਲ ਜਿਵੇਂ ਪਹਿਲਾਂ ਸੇਵਾ ਕਰਦੇ ਸੀ ਉਵੇਂ ਹੁਣ ਹੋਰ ਵੀ ਸੇਵਾ ਵਧਾਉਣੀ ਪੈਣੀ ਆ, ਪੂਰੇ ਪੰਜਾਬ 'ਚ ਸੇਵਾ ਕਰਾਂਗੇ। ਚੇਅਰਮੈਨ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਹੁਣ ਮੰਤਰੀ ਬਣਨ ਤੋਂ ਬਾਅਦ ਵੱਡੀਆਂ ਚੁਣੌਤੀਆਂ ਸਾਹਮਣੇ ਆਉਣਗੀਆਂ? ਸਾਰਾ ਕੁਛ ਤੁਹਾਨੂੰ ਪਤਾ ਹੀ ਹੈ ਜੀ, ਮੀਡੀਆ ਨੂੰ ਸਾਰਾ ਜ਼ਿਆਦਾ ਪਤਾ ਹੁੰਦਾ ਸਾਡੇ ਨਾਲੋਂ। ਬਾਕੀ ਮਾਲਕ ਦਾ ਔਟ ਆਸਰਾ ਚਾਹੀਦਾ, ਸੇਵਾਦਾਰ ਆ, ਸੇਵਾਦਾਰ ਬਣ ਕੇ ਸੇਵਾ ਕਰਾਂਗੇ। ਥੈਂਕ ਯੂ ਸਰ, ਸਾਰੇ ਕਿਰਪਾ ਕੀਤੀ ਹੈ ਅਤੇ ਗੁਰੂ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਆਏ ਹਾਂ ਸਾਰੀ ਸੰਗਤ ਨੂੰ ਨਾਲ ਲੈ ਕੇ। ਸੋ ਆਪਣੇ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਰਕਰ ਸਾਹਿਬਾਨ ਫੈਮਿਲੀ ਮੈਂਬਰ ਸਾਰੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਕਿ ਪਰਮਾਤਮਾ ਤੁਸੀਂ ਬਹੁਤ ਵੱਡੀ ਕਿਰਪਾ ਕੀਤੀ ਹੈ ਅਤੇ ਮੈਂ ਪੂਰੀ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਾਂਗਾ। ਸੋ ਗੁਰੂ ਘਰ ਦੇ ਵਿੱਚ ਅਰਦਾਸ ਕੀਤੀ ਹੈ ਕਿ ਮਾਲਕਾ ਸਿਰ 'ਤੇ ਹੱਥ ਰੱਖੀ, ਤੁਹਾਡੀ ਹੀ ਦਇਆ ਨਾਲ ਇੱਥੇ ਪਹੁੰਚੇ ਹਾਂ ਅਤੇ ਅੱਗੇ ਵੀ ਤੁਸੀਂ ਦਇਆ ਕਰਨੀ ਹੈ ਅਤੇ ਮੈਂ ਪੰਜਾਬ ਦੀ ਸੇਵਾ ਪੂਰੀ ਇਮਾਨਦਾਰੀ ਨਾਲ ਕਰਦਾ। ਮੈਂ ਪੂਰੇ ਆਪਣੇ ਹਲਕਾ ਸਾਹਨੇਵਾਲ ਦੇ ਸਾਰੇ ਵਰਕਰ ਸਾਹਿਬਾਨਾਂ ਦਾ, ਪ੍ਰਧਾਨ ਸਾਹਿਬਾਨਾਂ ਦਾ, ਲੁਧਿਆਣੇ ਜ਼ਿਲ੍ਹੇ ਦੇ ਸਾਰੇ MLA ਸਾਹਿਬਾਨਾਂ ਦਾ, ਪੰਜਾਬ ਦੇ MLA ਸਾਹਿਬਾਨਾਂ ਦਾ, ਮੰਤਰੀ ਸਾਹਿਬਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਰਿਆਂ ਨੇ ਪਿਆਰ ਕੀਤਾ। ਪ੍ਰਸ਼ਾਸਨ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਪਿਆਰ ਕੀਤਾ ਅਤੇ ਆਪਾਂ ਹਲਕੇ ਦੀ ਸੇਵਾ ਵਧੀਆ ਇਮਾਨਦਾਰੀ ਨਾਲ ਨਿਭਾਈ ਅਤੇ ਆਉਣ ਵਾਲੇ ਟਾਈਮ 'ਤੇ ਵੀ ਪੰਜਾਬ 'ਚ ਵੀ ਸਾਰਿਆਂ ਨੂੰ ਨਾਲ ਲੈ ਕੇ, ਖਾਸ ਕਰਕੇ ਲੁਧਿਆਣੇ ਜ਼ਿਲ੍ਹੇ ਦੇ ਸਾਰੇ MLA ਸਾਹਿਬਾਨਾਂ ਨੂੰ, ਆਪਣੇ ਭਰਾਵਾਂ ਨੂੰ, ਭੈਣਾਂ ਨੂੰ ਨਾਲ ਲੈ ਕੇ, ਮੇਰੇ ਤੋਂ ਸਾਰੇ ਉਮਰ 'ਚ ਵੱਡੇ ਆ, ਸਾਰਿਆਂ ਨੂੰ ਨਾਲ ਲੈ ਕੇ ਇਕੱਠੇ ਹੀ ਆਪਾਂ ਪੰਜਾਬ ਦੀ ਲੁਧਿਆਣੇ ਦੀ ਸੇਵਾ ਕਰਾਂਗੇ। ਦੋਨੇ ਜ਼ਿਲ੍ਹੇ ਕੀ ਪੂਰੇ ਪੰਜਾਬ ਦੀ ਸੇਵਾ ਕਰਾਂਗੇ ਇਮਾਨਦਾਰੀ ਨਾਲ। ਬਹੁਤ ਜ਼ਿਆਦਾ ਖੁਸ਼ੀ ਹੈ ਜੀ, ਸਾਰੇ ਸਾਡੀ ਪੂਰੀ ਟੀਮ ਪੂਰਾ ਹਲਕਾ ਇੱਥੇ ਪਹੁੰਚਿਆ। ਜਦੋਂ ਪਤਾ ਲੱਗਾ ਵੀ ਮੰਤਰੀ ਸਾਹਿਬ ਨੇ 9 ਵਜੇ ਗੁਰਦੁਆਰਾ ਕਟਾਣਾ ਸਾਹਿਬ ਮੱਥਾ ਟੇਕਣਾ, ਤੁਸੀਂ ਦੇਖੇ ਉਤਸ਼ਾਹ ਸਾਰੇ ਲੋਕਾਂ 'ਚ, ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ। ਲੱਗਦਾ ਵੀ ਹੁਣ ਪੂਰਾ ਜਿਹੜਾ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਔਰ ਫਤਿਹਗੜ੍ਹ ਜ਼ਿਲ੍ਹੇ 'ਚ ਭਰੋਸਾ ਸਮਝਿਆ ਜਿਹੜਾ ਮੰਤਰੀ ਚੁਣਿਆ, ਇੱਕ ਭਰੋਸਾ ਪਾਰਟੀ ਨੇ ਸਮਝਿਆ, ਇਮਾਨਦਾਰੀ ਦੇਖੀ, ਤਾਂ ਹੀ ਉਹਨਾਂ ਨੇ ਐਡਾ ਵੱਡਾ ਸਾਨੂੰ ਜ਼ਿੰਮੇਵਾਰੀ ਦਿੱਤੀ
ਫਰਜ਼ ਨਿਭਾ ਸਕਦੇ ਹਾਂ ਉਹਨਾਂ ਨੇ ਉਹ ਦੇਖ ਕੇ ਕਿ ਪਰਮਾਤਮਾ ਦੇ ਓਟ ਆਸਰੇ ਨਾਲ ਜਿਵੇਂ ਪਹਿਲਾਂ ਸੇਵਾ ਕਰਦੇ ਸੀ ਉਵੇਂ ਹੁਣ ਹੋਰ ਵੀ ਸੇਵਾ ਵਧਾਉਣੀ ਪੈਣੀ ਹੈ, ਪੂਰੇ ਪੰਜਾਬ 'ਚ ਸੇਵਾ ਕਰਾਂਗੇ। ਚੇਅਰਮੈਨ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਹੁਣ ਮੰਤਰੀ ਬਣਨ ਤੋਂ ਬਾਅਦ ਵੱਡੀਆਂ ਚੁਣੌਤੀਆਂ ਸਾਹਮਣੇ ਆਉਣਗੀਆਂ? ਸਾਰਾ ਕੁਛ ਤੁਹਾਨੂੰ ਪਤਾ ਹੀ ਹੈ ਜੀ, ਮੀਡੀਆ ਨੂੰ ਸਾਰਾ ਜ਼ਿਆਦਾ ਪਤਾ ਹੁੰਦਾ ਸਾਡੇ ਨਾਲੋਂ। ਬਾਕੀ ਮਾਲਕ ਦਾ ਓਟ ਆਸਰਾ ਚਾਹੀਦਾ, ਸੇਵਾਦਾਰ ਆ, ਸੇਵਾਦਾਰ ਬਣ ਕੇ ਸੇਵਾ ਕਰਾਂਗੇ। ਥੈਂਕ ਯੂ ਸਰ।